ਮੇਰਾ ਨਾਮ ਰਮੇਸ਼ ਕੁਮਾਰ ਟੀਟੂ। ਇਹ ਮੇਰਾ ਬੱਚਾ ਗਿਆ ਸੀ ਥੋੜਾ ਜਿਹਾ ਘੁੰਮਣ ਫਿਰਨ, ਕਹਿੰਦਾ ਮੈਂ ਡੈਡੀ ਆਇਆ ਹੋਇਆ ਇਦੋਂ ਆਇਆ ਜੀ, ਤੇ ਕੋਈ ਨੀ ਪਤਾ ਨੀ ਲੱਗਾ ਕਿਹੜਾ ਅੰਸ਼ ਕਹਿੰਦਾ ਗੋਲੀਆਂ ਮਾਰ ਕੇ ਗਿਆ ਵਾ, ਗੋਲੀਆਂ ਮਾਰ ਕੇ ਮੈਂ ਉੱਥੇ ਡਿਕਲੇਅਰ ਕਰ ਦਿੱਤਾ ਤੇ ਜੀਤੂ ਦੇ ਬੂਹੇ ਲਾਗੇ ਸੁੱਟ ਗਿਆ। ਉਮਰ 25 ਸਾਲ ਆ, ਨਹੀਂ ਕੁਵਾਰਾ ਬਾਜੀ ਅਜੇ ਦੇ ਹੋਈ ਆ ਮੇਰਾ ਬਦਲਾ, ਮੈਂ ਤੇ ਤੁਹਾਨੂੰ ਮੈਨੂੰ ਕੁਛ ਚੰਗਾ ਲੱਗਦਾ, ਇਨਸਾਫ ਚਾਹੀਦਾ ਬੰਦੇ ਕਿਹੜੇ ਆ ਮੈਨੂੰ ਪਤਾ ਲੱਗੇ ਨਾ, ਪਤਾ ਨੀ ਮੈਂ ਤਾਂ ਤੁਹਾਡੇ ਸਾਹਮਣੇ ਡਿਊਟੀ ਤੇ ਰਹਿੰਦਾ, ਮੈਨੂੰ ਕਿਹਨੇ ਦੱਸਣਾ ਵਾ, ਹੁਣ ਬੱਚੇ ਬੱਚੇ ਬਾਹਰ ਅੰਦਰ ਜਾਂਦੇ ਕਿਹੜਾ ਮੈਨੂੰ ਪਤਾ ਵਾ ਲੜਾਈ, ਮੈਂ ਪੁਲਿਸ ਨਾਲ ਸੋਚਣਾ ਜੇ ਕਿੱਥੋਂ ਦਿੱਤੀ ਤੁਸੀਂ ਦੇ ਸਕਦੇ ਵੀਰੇ, ਪਤਾ ਨੀ ਕਹਿੰਦੇ ਗਏ ਕਿ ਨਹੀਂ ਗਏ, ਤੇ ਮੇਰੇ ਨਾਲ ਸਾਰਾ ਕਿਹਾ ਅੱਧਾ ਅੱਧਾ ਪੌਣਾ ਘੰਟਾ ਹੀ ਹੋਇਆ ਜੇ। ਮੈਂ ਕੀ ਦੱਸ ਕਰ ਦੱਸਾਂ ਕੀ ਕਰਾਂ, ਮੈਨੂੰ ਸਮਝਦੇ ਲੱਗਦੀ ਮੇਰਾ ਪੁੱਤ ਗਵਾਤਾ ਹੈ, ਰੱਬਾ ਤੇਰਾ ਧੰਨਵਾਦ ਹੈ। ਹੁਣ ਦੱਸੋ ਕੀ ਮਾਮਲਾ ਸਰ, ਕੀ ਗੱਲਬਾਤ ਹੋਈ ਹੈ? ਇਹ ਹੁਣੇ ਇਨਫੋਰਮੇਸ਼ਨ ਆਈ ਹੈ, ਵਿਨੇ ਕੁਮਾਰ ਪੁੱਤਰ ਰਮੇਸ਼ ਕੁਮਾਰ ਹੈ, ਇਹਨੂੰ ਕੋਈ ਅਨਨੋਨ ਬੰਦਿਆਂ ਨੇ ਗੋਲੀ ਮਾਰਤੀ ਹੈ, ਤੇ ਇੱਥੇ ਸਿਵਲ ਹਸਪਤਾਲ ਆਏ, ਬਾਕੀ ਹੁਣ ਸਾਰਾ ਵੈਰੀਫਾਈ ਕਰਦੇ ਹਾਂ ਕੀ ਗੱਲਬਾਤ ਹੈ ਸਰ। ਕਿਹੜੇ ਇਲਾਕੇ ਦੇ ਵਿੱਚ ਸਰ ਇਹ ਵਾਰਦਾਤ ਹੋਈ? ਇਹ ਟਾਂਕ ਛੱਤਰੀ ਮਹੱਲੇ 'ਚ ਵਾਰਦਾਤ ਹੋਈ ਹੈ। ਅਤੇ ਕੀ ਕਾਰਵਾਈ ਸਰ ਹੁਣ ਕਰਨੀ ਹੈ? ਇਹ ਕੇਸ ਰਜਿਸਟਰ ਕਰਕੇ ਤਫਤੀਸ਼ ਕਰਦੇ ਨੇ ਸਰ। ਦੋਸ਼ੀ ਮੋਟਰਸਾਈਕਲ 'ਤੇ ਆਏ ਸੀ, ਹੁਣ ਬਾਕੀ ਵੈਰੀਫਾਈ ਕਰਦੇ ਹਾਂ ਜੇ ਤਾਂ ਆਏ ਮੌਕੇ। ਮੇਰਾ ਨਾਮ ਰਮੇਸ਼ ਕੁਮਾਰ ਟੀਟੂ। ਇਹ ਮੇਰਾ ਬੱਚਾ ਗਿਆ ਸੀ ਥੋੜਾ ਜਿਹਾ ਘੁੰਮਣ ਫਿਰਨ, ਕਹਿੰਦਾ ਮੈਂ ਡੈਡੀ ਆਇਆ ਹੋਇਆ ਇਦੋਂ ਆਇਆ ਜੀ, ਤੇ ਕੋਈ ਨੀ ਪਤਾ ਨੀ ਲੱਗਾ ਕਿਹੜਾ ਅੰਸ਼ ਕਹਿੰਦਾ ਗੋਲੀਆਂ ਮਾਰ ਕੇ ਗਿਆ ਵਾ, ਗੋਲੀਆਂ ਮਾਰ ਕੇ ਮੈਂ ਉੱਥੇ ਡਿਕਲੇਅਰ ਕਰ ਦਿੱਤਾ ਤੇ ਜੀਤੂ ਦੇ ਬੂਹੇ ਲਾਗੇ ਸੁੱਟ ਗਿਆ। ਉਮਰ 25 ਸਾਲ ਆ, ਨਹੀਂ ਕੁਵਾਰਾ ਬਾਜੀ ਅਜੇ ਦੇ ਹੋਈ ਆ ਮੇਰਾ ਬਦਲਾ, ਮੈਂ ਤੇ ਤੁਹਾਨੂੰ ਮੈਨੂੰ ਕੁਛ ਚੰਗਾ ਲੱਗਦਾ, ਇਨਸਾਫ ਚਾਹੀਦਾ ਬੰਦੇ ਕਿਹੜੇ ਆ ਮੈਨੂੰ ਪਤਾ ਲੱਗੇ ਨਾ, ਪਤਾ ਨੀ ਮੈਂ ਤਾਂ ਤੁਹਾਡੇ ਸਾਹਮਣੇ ਡਿਊਟੀ ਤੇ ਰਹਿੰਦਾ, ਮੈਨੂੰ ਕਿਹਨੇ ਦੱਸਣਾ ਵਾ, ਹੁਣ ਬੱਚੇ ਬੱਚੇ ਬਾਹਰ ਅੰਦਰ ਜਾਂਦੇ ਕਿਹੜਾ ਮੈਨੂੰ ਪਤਾ ਵਾ ਕਿਸਦੀ ਲੜਾਈ, ਮੈਂ ਪੁਲਿਸ ਨਾਲ ਸੋਚਣਾ ਜੇ ਕਿੱਥੋਂ ਦਿੱਤੀ ਤੁਸੀਂ ਦੇ ਸਕਦੇ ਵੀਰੇ, ਪਤਾ ਨੀ ਕਹਿੰਦੇ ਗਏ ਕਿ ਨਹੀਂ ਗਏ, ਤੇ ਮੇਰੇ ਨਾਲ ਸਾਰਾ ਕਿਹਾ ਅੱਧਾ ਅੱਧਾ ਪੌਣਾ ਘੰਟਾ ਹੀ ਹੋਇਆ ਜੇ। ਮੈਂ ਕੀ ਦੱਸ ਕਰ ਦੱਸਾਂ ਕੀ ਕਰਾਂ, ਮੈਨੂੰ ਸਮਝਦੇ ਲੱਗਦੀ ਮੇਰਾ ਪੁੱਤ ਗਵਾਤਾ ਹੈ, ਰੱਬਾ ਤੇਰਾ ਧੰਨਵਾਦ ਹੈ। ਹੁਣ ਦੱਸੋ ਕੀ ਮਾਮਲਾ ਸਰ, ਕੀ ਗੱਲਬਾਤ ਹੋਈ ਹੈ? ਇਹ ਹੁਣੇ ਇਨਫੋਰਮੇਸ਼ਨ ਆਈ ਹੈ, ਵਿਨੇ ਕੁਮਾਰ ਪੁੱਤਰ ਰਮੇਸ਼ ਕੁਮਾਰ ਹੈ, ਇਹਨੂੰ ਕੋਈ ਅਨਨੋਨ ਬੰਦਿਆਂ ਨੇ ਗੋਲੀ ਮਾਰਤੀ ਹੈ, ਤੇ ਇੱਥੇ ਸਿਵਲ ਹਸਪਤਾਲ ਆਏ, ਬਾਕੀ ਹੁਣ ਸਾਰਾ ਵੈਰੀਫਾਈ ਕਰਦੇ ਹਾਂ ਕੀ ਗੱਲਬਾਤ ਹੈ ਸਰ। ਕਿਹੜੇ ਇਲਾਕੇ ਦੇ ਵਿੱਚ ਸਰ ਇਹ ਵਾਰਦਾਤ ਹੋਈ? ਇਹ ਟਾਂਕ ਛੱਤਰੀ ਮਹੱਲੇ 'ਚ ਵਾਰਦਾਤ ਹੋਈ ਹੈ। ਤੇ ਕੀ ਕਾਰਵਾਈ ਸਰ ਹੁਣ ਕਰਨੀ ਹੈ? ਇਹ ਕੇਸ ਰਜਿਸਟਰ ਕਰਕੇ ਤਫਤੀਸ਼ ਕਰਦੇ ਨੇ ਸਰ। ਦੋਸ਼ੀ ਮੋਟਰਸਾਈਕਲ 'ਤੇ ਆਏ ਸੀ, ਹੁਣ ਬਾਕੀ ਵੈਰੀਫਾਈ ਕਰਦੇ ਹਾਂ ਜੇ ਤਾਂ ਆਏ ਮੌਕੇ 'ਤੇ।